ਮੇਰਾ ਨਾਮ ਹੈ ਅਮਰਜੀਤ ਸ਼ਰਮਾ, ਪਿੰਡ ਚੈਨਾ, ਜ਼ਿਲ੍ਹਾ ਫਰੀਦਕੋਟ, ਪੰਜਾਬ ਦਾ ਰਹਿਣ ਵਾਲਾ ਹੈ। ਅਤੇ ਮੈਂ 2005 ਦੇ ਵਿੱਚ ਕੁਦਰਤੀ ਖੇਤੀ ਸ਼ੁਰੂ ਕੀਤੀ ਸੀ। ਲਗਭਗ ਸਾਰਾ ਖੇਤ ਹੀ ਮੈਂ ਇੱਕਦਮ ਆਪਣਾ ਕੁਦਰਤੀ ਖੇਤੀ ਥੱਲੇ ਲਿਆਂਦਾ ਸੀ। ਉਹਦੇ ਵਿੱਚ ਮੈਂ ਉਸੇ ਹਿਸਾਬ ਨਾਲ ਵੰਡਿਆ, ਖੇਤ ਦੇ ਵਿੱਚ ਪੈਦਾਵਾਰ ਜਿਹੀਆਂ ਫਸਲਾਂ ਲੈਂਦਾ। ਉਹਦਾ ਮੇਰਾ ਕੀ ਮਕਸਦ ਸੀ ਵੀ ਸਾਨੂੰ ਘੱਟੋ ਘੱਟ ਬਾਜ਼ਾਰ ਦੇ ਵਿੱਚ ਨਾ ਜੋ ਸਾਡੇ ਖੇਤਾਂ ਵਿੱਚ ਫਸਲਾਂ ਆਉਂਦੀਆਂ ਲੈਣ ਨਾ ਜਾਣਾ ਪਵੇ। ਇਹ ਕੁਦਰਤੀ ਖੇਤੀ ਹੈ, ਆਤਮ ਨਿਰਭਰਤਾ ਦੀ। ਮੈਂ ਖੇਤ ਦੇ ਵਿੱਚ ਲਗਭਗ ਫਸਲਾਂ ਉਹ ਲਾਉਂਦੇ ਹਾਂ ਜਿਨ੍ਹਾਂ ਦੀ ਸਾਨੂੰ ਆਮ ਜ਼ਰੂਰਤ ਪੈਂਦੀ ਹੈ, ਕਿਸੇ ਦੀ ਘੱਟ ਜ਼ਰੂਰਤ ਪੈਂਦੀ ਹੈ, ਉਸ ਹਿਸਾਬ ਨਾਲ ਖੇਤ 'ਚ ਵੰਡ ਵੰਡ ਕੇ ਲਾਈ ਦੀਆਂ। ਯਾਨੀ ਸਬਜ਼ੀ ਤਾਂ ਲਗਭਗ ਅਸੀਂ ਰਸਾਇਣਿਕ ਖੇਤੀ ਵੇਲੇ ਤੋਂ ਪਹਿਲਾਂ ਤੋਂ, ਯਾਨੀ ਲਗਭਗ 1977 ਤੋਂ ਅਸੀਂ ਬਿਨਾਂ ਹੀ ਖਾਦ ਤੋਂ, ਬਿਨਾਂ ਜ਼ਹਿਰ ਤੋਂ ਸਬਜ਼ੀ ਆਪਣੇ ਪਰਿਵਾਰ ਦੇ ਵਿੱਚ ਖਾਂਦੇ ਹਾਂ। ਅਤੇ 2015-5 ਦੇ ਵਿੱਚ ਤਾਂ ਫਿਰ ਅਸੀਂ ਸਾਰੀ ਖੇਤੀ ਜ਼ਹਿਰ ਮੁਕਤ ਕਰਤੀ। ਤਾਂ ਇਹਦਾ ਕੀ ਹੁੰਦਾ, ਜਦੋਂ ਅਸੀਂ ਜ਼ਹਿਰ ਮੁਕਤ ਖੇਤੀ ਕਰਦੇ ਹਾਂ ਤਾਂ ਇਹਦੇ ਵਿੱਚ ਨਾ ਸਾਡੇ ਜਿਹੜੀ ਪੈਦਾਵਾਰ ਹੈ, ਫਲ ਹੈ, ਸਬਜ਼ੀ ਹੈ, ਉਹਦੇ ਵਿੱਚ ਲਗਭਗ ਸਾਰੇ ਤੱਤ ਆਉਣੇ ਸ਼ੁਰੂ ਹੋ ਜਾਂਦੇ ਆ। ਜਿਵੇਂ 32-33 ਤੱਤਾਂ ਬਾਰੇ ਸਾਡੇ ਵਿਗਿਆਨੀਆਂ ਨੂੰ ਗਿਆਨ ਹੈ, ਤਾਂ ਅਸੀਂ ਰਸਾਇਣਿਕ ਖੇਤੀ ਵਿੱਚ ਬਾਜ਼ਾਰ ਤੋਂ 7-8 ਤੱਤ ਹੀ ਪਾਉਂਦੇ ਹਾਂ, ਅਤੇ ਬਾਕੀ ਤੱਤਾਂ ਦੀ ਸਾਡੀ ਸਬਜ਼ੀ ਵਿੱਚ ਘਾਟ ਹੁੰਦੀ ਹੈ। ਅਤੇ ਕੁਦਰਤੀ ਖੇਤੀ ਵਿੱਚ ਉਹ ਘਾਟ ਪੂਰੀ ਹੋ ਜਾਂਦੀ ਹੈ। ਤਾਂ ਇਹਦੇ ਵਿੱਚ ਅਸੀਂ ਫਸਲਾਂ ਦੇ ਮਿੱਟੀ ਉੱਤੇ ਵੀ ਇੰਨਾ ਬੋਝ ਨਹੀਂ ਪਾਉਂਦੇ ਜਿੱਦਾਂ ਕੁਦਰਤੀ ਰੂਪ ਦੇ ਵਿੱਚ ਸਾਡੀ ਮਿੱਟੀ ਇੱਕੋ ਹੀ ਫਸਲ ਦੇ ਸਕਦੀ ਹੈ। ਰਸਾਇਣਿਕ ਖੇਤੀ ਦੇ ਵਿੱਚ ਅਸੀਂ 2-3 ਫਸਲਾਂ ਲੈਣ ਲੱਗ ਗਏ, ਤਾਂ ਉਹਦੇ ਵਿੱਚ ਸਾਨੂੰ ਖਾਦਾਂ ਕੀਟਨਾਸ਼ਕਾਂ ਦੀ ਜ਼ਰੂਰਤ ਪਈ, ਤਾਂ ਉਹ ਤਾਂ ਬਾਜ਼ਾਰ ਤੋਂ ਹੀ ਮਿਲਣੀਆਂ ਸੀ। ਪਰ ਪਹਿਲੇ ਸਾਡੇ ਵੇਲਿਆਂ ਦੇ ਵਿੱਚ ਜਦੋਂ ਮੈਂ ਛੋਟਾ ਹੁੰਦਾ, ਸਾਡੇ ਬਜ਼ੁਰਗ ਖੇਤੀ ਕਰਦੇ ਸੀ, ਉਦੋਂ ਇਹਦੀ ਖੇਤੀ ਦੀ ਪਹਿਲਾਂ 6 ਮਹੀਨੇ ਪੂਰੀ ਵਹਾਈ ਕਰਦੇ, ਉਸ ਤੋਂ ਬਾਅਦ ਇੱਕ ਫਸਲ ਲੈਂਦੇ, ਇੱਕ ਫਸਲ ਬਹੁਤ ਵਧੀਆ ਹੋ ਜਾਂਦੀ ਸੀ। ਯਾਨੀ ਅੱਧਾ ਖੇਤ ਇੱਕ ਫਸਲ 'ਤੇ, ਅੱਧਾ ਇੱਕ 'ਤੇ, ਇਹਨੂੰ ਸਾਹ ਦਵਾਉਂਦੇ ਸੀ ਖੇਤ ਨੂੰ। ਰਸਾਇਣਿਕ ਖੇਤੀ ਵਿੱਚ ਅਸੀਂ ਸਾਹ ਦਵਾਉਣਾ ਬੰਦ ਕੀਤਾ, ਤਾਂ ਜਿਹੜੀ ਪੌਦੇ ਨੂੰ ਤਾਂ ਖੁਰਾਕ ਚਾਹੀਦੀ ਸੀ ਫਲ ਦੇਣ ਵਾਸਤੇ, ਕਿਉਂ ਅਸੀਂ ਲਾਲਚੀ ਸੀ, ਸਾਨੂੰ ਫਲ ਵੱਧ ਤੋਂ ਵੱਧ ਚਾਹੀਦਾ ਸੀ। ਤਾਂ ਅਸੀਂ ਬਾਜ਼ਾਰ ਦੇ ਵਿੱਚੋਂ ਜ਼ਹਿਰਾਂ ਅਤੇ ਖਾਦਾਂ ਪਾਈਆਂ ਲਿਆ ਕੇ, ਉਹਦੇ ਵਿੱਚ ਸਾਡੀ ਮਿੱਟੀ ਦਾ, ਪੌਦੇ ਦਾ, ਸਬਜ਼ੀਆਂ ਫਲਾਂ ਦਾ ਸੰਤੁਲਨ ਵਿਗੜ ਗਿਆ। ਜਦੋਂ ਆਪਾਂ ਕਹਿੰਦੇ ਕੀੜੇ ਆ ਗਏ, ਕੀੜੇ ਆਉਂਦੇ ਹੀ ਉਦੋਂ ਆ ਜਦੋਂ ਸਾਡੀ ਮਿੱਟੀ ਪੌਦੇ ਦਾ ਸੰਤੁਲਨ ਵਿਗੜਦਾ। ਤਾਂ ਅਸੀਂ ਬਾਜ਼ਾਰ ਦੇ ਵਿੱਚੋਂ ਥੈਲਿਆਂ ਦੇ ਰੂਪ ਦੇ ਵਿੱਚ ਹੀ ਪਾਉਣ ਜਾਣਦੇ ਹਾਂ, ਉਂਝ ਨਹੀਂ ਸਾਨੂੰ ਪਤਾ ਸਾਡਾ ਪੌਦਾ ਕੀ ਖੁਰਾਕ ਕਿੰਨੀ ਕਿੰਨੀ ਮੰਗਦਾ। ਸਾਡੇ ਪੌਦੇ ਦੀ ਖੁਰਾਕ ਦਾ ਗਿਆਨ ਹੈ ਸੂਖਮ ਜੀਵਾਂ ਨੂੰ, ਗੰਡੋਆ ਵਗੈਰਾ ਜਿੱਦਾਂ, ਤਾਂ ਉਹ ਸਾਡਾ ਘਾਹ ਫੂਸ ਖਾ ਕੇ, ਰੂੜੀ ਖਾਦ ਉਹਦਾ ਸਾਰਾ ਮਲ ਮੂਤਰ ਬਣਾ ਕੇ ਦਿੰਦੇ ਹੈ, ਉਹਦੇ ਨਾਲ ਸਾਰੇ ਤੱਤ ਸਾਡੇ ਫਸਲ ਦੇ ਪੂਰੇ ਹੁੰਦੇ ਹੈ। ਜਦੋਂ ਸਾਡੇ ਸਾਰੇ ਫਸਲ ਦੇ ਵਿੱਚ ਤੱਤ ਹੀ ਪੂਰੇ ਹੋ ਗਏ ਅਤੇ ਅਸੀਂ ਖਾਵਾਂਗੇ, ਤਾਂ ਲਗਭਗ ਸਾਡੀ ਕਮੀ ਸਾਰੀਆਂ ਉਸ ਨਾਲ ਘਾਟਾਂ ਪੂਰੀਆਂ ਹੁੰਦੀਆਂ। ਅਤੇ ਉਹਦੇ ਵਿੱਚ ਫਿਰ ਜਿਹੜੀ ਸਾਨੂੰ, ਜਿਵੇਂ ਆਪਾਂ ਕਹਿੰਦੇ ਬਿਮਾਰ ਹੋ ਗਿਆ ਬੰਦਾ, ਆਹ ਹੋ ਗਿਆ, ਉਹ ਕਿਸੇ ਘਾਟ ਕਾਰਨ ਬਿਮਾਰ ਹੁੰਦਾ, ਉਂਝ ਨਹੀਂ ਕੁਛ ਹੁੰਦਾ ਬੰਦੇ ਨੂੰ। ਜਦੋਂ ਖੁਰਾਕ ਹੀ ਪੂਰੀ ਵਧੀਆ ਹੋਈ, ਸਾਰੇ ਪੱਖਾਂ ਤੋਂ ਸਾਰੇ ਤੱਤ ਠੀਕ ਹੋਏ, ਤਾਂ ਫਿਰ ਉਹ ਬੰਦਾ ਕਦੇ ਬਿਮਾਰ ਹੁੰਦਾ ਨਹੀਂ। ਇਹ ਮੇਰਾ ਆਪਣਾ ਤਜਰਬਾ ਹੈ। ਜਦੋਂ ਅਸੀਂ ਮਤਲਬ ਵੱਖ ਵੱਖ ਸਬਜ਼ੀਆਂ ਖੇਤ ਦੇ ਵਿੱਚ ਲਾਉਂਦੇ ਹਾਂ, ਜਿਵੇਂ ਕੋਈ ਔਸਧੀਆਂ ਹੋ ਗਈਆਂ, ਜਿਵੇਂ ਮੰਨ ਲਓ ਹਲਦੀ ਹੋ ਗਈ, ਪੁਦੀਨਾ, ਮਰੂਆ, ਲਸਣ, ਇਸ ਤਰ੍ਹਾਂ ਅਸੀਂ ਵੱਖਰੇ ਵੱਖਰੇ ਲਾਉਂਦੇ ਹਾਂ। ਇੱਕ ਤਾਂ ਸਾਡੀ ਜਿਹੜੀ ਖੇਤ ਦੀ ਮਿੱਟੀ ਦੀ ਖੁਰਾਕ ਦਾ ਪ੍ਰਬੰਧ ਹੋ ਜਾਂਦਾ, ਉਹ ਮਜ਼ਬੂਤ ਰਹਿੰਦੀ ਹੈ, ਅਤੇ ਦੂਜਾ ਉਹਦੇ ਵਿੱਚ ਸਾਡੇ ਜਿਹੜੇ ਕੀੜੇ ਬਾਹਰ ਤੋਂ ਆਉਂਦੇ ਹਨ ਉਹ ਵੀ ਨਹੀਂ ਆਉਂਦੇ, ਇੱਕ ਦੂਜੇ ਮਤਲਬ ਫਸਲ ਇੱਕ ਦੂਜੇ ਦੀ ਰਾਖੀ ਕਰਦੀ ਹੈ। ਤਾਂ ਜਦੋਂ ਇੰਨਾ ਕੁਛ ਸਾਡੀ ਸ਼ੁੱਧ ਸਾਨੂੰ ਖੁਰਾਕ ਮਿਲੀ, ਤਾਂ ਫਿਰ ਬਿਮਾਰੀ ਤਾਂ ਖੁਦ ਹੀ ਸਾਡੇ ਨੇੜੇ ਨਹੀਂ ਆਉਂਦੀ, ਕਿਉਂ ਸਾਡੇ ਨਾ ਪੌਦੇ ਨੇੜੇ ਆਈ ਨਾ ਸਾਡੇ ਨੇੜੇ ਆਈ। ਅਤੇ ਇਹਦੇ ਵਿੱਚ ਅਸੀਂ ਮਤਲਬ ਜਿਵੇਂ ਤੁਸੀਂ ਮੰਨ ਲਓ, ਪਹਿਲਾਂ ਮੈਂ ਛੋਟਾ ਹੁੰਦਾ ਸੀ, ਉਦੋਂ ਲਗਭਗ ਜੋ ਸਰਦ ਰੁੱਤ ਆਉਂਦੀ 1 ਅਕਤੂਬਰ ਦੇ ਲਗਭਗ ਜੇ, ਅਤੇ ਉਦੋਂ ਅਸੀਂ ਠੰਡਾ ਪਾਣੀ ਪੀ ਲੈਂਦੇ ਨਾ, ਅਤੇ ਸਾਨੂੰ ਗਰਮ ਸਰਦ ਹੋ ਜਾਂਦਾ, ਯਾਨੀ ਟਾਈਫਾਇਡ ਹੋ ਜਾਂਦਾ। ਤਾਂ ਹੁਣ ਜਦੋਂ ਮੈਂ ਦੇਖਿਆ ਵੀ ਜਦੋਂ ਦੀ ਅਸੀਂ ਔਰਗੈਨਿਕ ਖੇਤੀ ਸ਼ੁਰੂ ਕੀਤੀ ਹੈ, ਤਾਂ ਮੈਨੂੰ ਉਹ ਅੱਜ ਤੱਕ ਸਮੱਸਿਆ ਨਹੀਂ ਆਈ। ਜਿਵੇਂ ਕੋਈ ਥੋੜ੍ਹੀ ਬਹੁਤੀ ਐਲਰਜੀ ਹੁੰਦੀ ਸਰੀਰ ਨੂੰ, 90% ਤੱਕ ਹੋ ਗਈ, ਉਹ ਵੀ ਘੱਟ ਗਈ। ਤਾਂ ਹੋਰ ਜਿੱਦਾਂ ਕੋਈ, ਜਿਵੇਂ ਮੇਰੀ ਹਾਣ ਦੇ ਬੰਦੇ ਬਹਿ ਕੇ ਕੰਮ ਨਹੀਂ ਕਰ ਸਕਦੇ ਕੋਈ ਵੀ, ਅਤੇ ਮੈਂ ਲਗਭਗ ਸਾਰਾ ਕੰਮ ਹੀ ਬਹਿ ਕੇ ਕਰਦਾ, ਯਾਨੀ ਇਹ ਸਰੀਰ ਦੀ ਤੰਦਰੁਸਤੀ ਦੀ ਨਿਸ਼ਾਨੀ। ਅਸੀਂ ਜਿੱਦਾਂ ਗੁੜ ਸ਼ੱਕਰ ਦੀ ਸਾਡੀ ਲੋੜ ਹੁੰਦੀ ਹੈ ਪਰਿਵਾਰ ਦੇ ਵਿੱਚ, ਤਾਂ ਕਿਸਾਨ ਹੋਣ ਦੇ ਨਾਤੇ ਗੁੜ ਸ਼ੱਕਰ ਮੇਰੇ ਖੇਤ ਦੇ ਵਿੱਚ ਪੈਦਾ ਹੁੰਦਾ। ਇਹ ਗੰਨਾ ਸਾਹਮਣੇ ਖੜ੍ਹਾ, ਇਹ ਲਗਭਗ 4 ਕੁਆਟਲ ਮੈਨੂੰ ਇੱਕ ਸਾਲ ਦੇ ਵਿੱਚ ਗੁੜ ਮਿਲ ਜੂਗਾ, ਅਤੇ ਮੇਰੀ ਖਪਤ ਆ ਘਰੇ 2 ਕੁਆਟਲ, ਯਾਨੀ 2 ਕੁਆਟਲ ਮੇਰੇ ਘਰੇ ਇੱਕ ਕਨਾਲ ਦੇ ਵਿੱਚੋਂ ਫਾਲਤੂ ਮਿੱਠਾ ਖੰਡ, ਮਿੱਠਾ ਸ਼ੱਕਰ ਮਿਲ ਜੂਗਾ। ਤਾਂ ਇਹਦੇ ਵਿੱਚ ਮੈਂ ਜਦੋਂ ਗੰਨਾ ਲਾਇਆ ਸੀ, ਇਹਦੇ ਵਿੱਚ ਮੈਂ 3-4 ਕਿਸਮ ਦੇ ਬੀਜ ਵੀ ਪੈਦਾ ਕਰ ਲਏ, ਅਤੇ ਉਹਨਾਂ ਦੀ ਸਬਜ਼ੀ ਵੀ ਫਲਾਂ ਦੀ ਖਾਧੀ, ਯਾਨੀ ਸਬਜ਼ੀਆਂ ਦੇ ਬੀਜ 3-4 ਮੈਂ ਤਿਆਰ ਕੀਤੇ ਲਾਉਣ ਸਾਰੇ ਦੇ ਵਿੱਚ, ਯਾਨੀ ਹੁਣ ਕੱਟ ਕੇ ਫਿਰ ਮੈਂ ਇਹਦੇ ਵਿੱਚ ਸਬਜ਼ੀ ਦੇ ਬੀਜ ਲਊਂਗਾ, ਯਾਨੀ 2 ਫਸਲਾਂ ਇਹਦੇ ਵਿੱਚੋਂ ਸਮੇਤ ਗੰਨੇ ਦੇ ਵਧੀਆ ਹੋ ਜਾਂਦੀਆਂ। ਇਦੋਂ ਅੱਗੇ ਮੇਰੇ ਜਿਵੇਂ ਫਲਦਾਰ ਪੌਦੇ ਲੱਗੇ ਆ, ਜਿਵੇਂ ਆਪਣਾ ਹੈਗਾ ਇਹ ਅਮਰੂਦ ਦਾ ਪੌਦਾ, ਇਹ ਲਗਭਗ ਸਾਡੇ ਵਾਸਤੇ ਲੰਮਾ ਸਮਾਂ 2 ਵਾਰ ਇਹਨੂੰ ਫਲ ਲੱਗਦਾ, ਅਤੇ ਇਹ ਸਾਡੇ ਪਰਿਵਾਰ ਦੇ ਬੱਚਿਆਂ ਵਾਸਤੇ ਬਹੁਤ ਹੈ, ਇੰਨੇ ਅਸੀਂ ਮੁੱਲ ਲੈ ਕੇ ਤਾਂ ਖਰੀਦ ਬੱਚਿਆਂ ਨੂੰ ਖਵਾ ਨਹੀਂ ਨਾ ਸਕਦੇ, ਪਰ ਖੇਤ ਪੌਦੇ ਕਰ ਹੋਣ ਕਰਕੇ
ਸਾਡੇ ਬੱਚਿਆਂ ਨੂੰ ਸਾਡੇ ਘਰੋਂ ਤੇ ਖੇਤੋਂ ਵਧੀਆ ਮਤਲਬ ਬਿਨਾਂ ਜ਼ਹਿਰ ਤੋਂ ਫਲ ਮਿਲਦਾ ਤਾਂ ਉਹਦੀ ਖੁਰਾਕ ਦਾ ਮੇਰਾ ਪ੍ਰਬੰਧ ਥੱਲੇ ਕੀਤਾ ਹੋਇਆ ਕੂੜਾ ਕਚਰਾ ਆਲੇ ਦੁਆਲੇ ਦਾ ਬਸ ਹੋਰ ਕੁਛ ਨਹੀਂ ਕੀਤਾ ਕਦੇ ਵੀ ਇਹਦਾ ਫਲ ਨਹੀਂ ਖਾਣਾ ਹੋਇਆ ਤਾਂ ਇਹਦੇ ਮੈਂ ਦੁਆਲੇ ਹਲਦੀ ਲਾਈ ਹੋਈ ਕਿਉਂਕਿ ਹਲਦੀ ਛਾਂ ਦੇ ਵਿੱਚ ਹੋ ਜਾਂਦੀ ਹੈ ਹੁਣ ਮੈਂ ਪੱਟ ਕੇ ਲੈ ਗਿਆ ਲਗਭਗ 15-16 ਕਿਲੋ ਹਲਦੀ ਇੱਥੇ ਹੋ ਗਈ ਇੱਕ ਦੂਜੀ ਹਲਦੀ ਲਾਈ ਸੀ ਰੰਬਾ ਹਲਦੀ ਬੋਲਦੇ ਦਵਾਈਆਂ 'ਚ ਕੰਮ ਆਉਂਦੀ ਹੈ 5-6 ਕਿਲੋ ਉਹ ਵੀ ਮੇਰੇ ਕੋਲ ਹੋ ਗਈ ਤਾਂ ਇੱਦਾਂ ਜਿਵੇਂ ਪਪੀਤੇ ਦੇ ਪੌਦੇ ਲੱਗੇ ਹੋਏ ਦੋ ਇੱਦਾਂ ਜਿਵੇਂ ਅਨਾਰ ਦੇ ਪੌਦੇ ਲੱਗੇ ਹੈ ਇਹ ਮੈਂ ਇੱਕ ਸਮਝ ਲਓ ਕੰਮ ਮੇਰੀ ਉਮਰ ਦੇ ਹਿਸਾਬ ਨਾਲ ਲਗਭਗ 64 ਸਾਲ ਹੈ ਇਹ ਕੰਮ ਥੋੜ੍ਹਾ ਹੈ ਇਹਦੀ ਹੱਥੀਂ ਕਰਨਾ ਕਰਕੇ ਮੁਸ਼ਕਿਲ ਆਉਂਦੀ ਹੈ ਅਤੇ ਉਹ ਇੱਕ ਮੈਂ ਕਰਦਾ ਇਸੇ ਦੱਸਣ ਵਾਸਤੇ ਜਿਵੇਂ ਮੇਰੇ ਕੋਲ ਕੋਈ ਕਿਸਾਨ ਆਉਂਦਾ ਹੈ ਵੀ ਘੱਟੋ ਘੱਟ ਆਪਣੀ ਲੋੜ ਵਾਸਤੇ ਤੁਸੀਂ ਲਾਜ਼ਮੀ ਇਹਨੂੰ ਸ਼ੁਰੂ ਕਰੋ ਜੇ ਤੁਹਾਨੂੰ ਫਿਰ ਠੀਕ ਲੱਗਦਾ ਇਹਦੀ ਮੰਗ ਵੱਧਦੀ ਹੈ ਉਹਨੂੰ ਵਧਾ ਲਓ ਪਰ ਇੱਕ ਵਾਰ ਸਾਡੇ ਕਹਿਣ 'ਤੇ ਇੰਨਾ ਹੀ ਸ਼ੁਰੂ ਕਰੋ ਇਹਦੇ ਵਿੱਚ ਕੋਈ ਐਡੀਆਂ ਮੁਸੀਬਤਾਂ ਆਉਂਦੀਆਂ ਨਹੀਂ ਹੈ ਜਿੱਦਾਂ ਕਈ ਕਹਿੰਦੇ ਕਣਕ ਨੂੰ ਤੇਲਾ ਪੈ ਗਿਆ ਕੀ ਕਰੋਗੇ ਵੀ ਉਹ ਪੈਂਦਾ ਹੀ ਨਹੀਂ ਹੈ ਅਸੀਂ ਉਹਦੇ ਵਿੱਚ ਛੇੜਕਾਨੀ ਨਹੀਂ ਕੀਤੀ ਕੋਈ ਇੱਦਾਂ ਵੀ ਜੇ ਪੈਂਦਾ ਹੈ ਤਾਂ ਬਹੁਤ ਘੱਟ ਤਾਂ ਉਹਨੂੰ ਖਾਣ ਵਾਲੇ ਸਾਡੇ ਮਿੱਤਰ ਕੀਟ ਵੀ ਆ ਜਾਂਦੇ ਆ ਅਤੇ ਉਹਦਾ ਸਾਰਾ ਪ੍ਰਬੰਧ ਆਪੇ ਹੋ ਜਾਂਦਾ ਯਾਨੀ ਘੱਟੋ ਘੱਟ ਆਪਣੇ ਬੱਚਿਆਂ ਵਾਸਤੇ ਆਪਣੇ ਵਾਸਤੇ ਸਾਡੇ ਬੱਚਿਆਂ ਦੇ ਭਵਿੱਖ ਵਾਸਤੇ ਸਾਨੂੰ ਖੇਤੀ ਮਤਲਬ ਕੁਦਰਤੀ ਖੇਤੀ ਕਰਨੀ ਚਾਹੀਦੀ ਹੈ ਇਹਦੇ ਵਿੱਚ ਪਾਣੀ ਬਚਦਾ ਹਵਾ ਅਤੇ ਮਿੱਟੀ ਪਾਣੀ ਬਚ ਸਾਰੇ ਬੱਚਤ ਹੁੰਦੀ ਹੈ ਉਹ ਬੱਚਤ ਜਿਹੜੀ ਸਾਡੇ ਬੱਚਿਆਂ ਨੂੰ ਜ਼ਰੂਰਤ ਅੱਗੇ ਲੰਮੇ ਸਮੇਂ ਦੇ ਵਿੱਚ ਤਾਂ ਅਸੀਂ ਰਸਾਇਣਿਕ ਦੇ ਵਿੱਚੋਂ ਖਾਣਾ ਖਤਮ ਕਰੀ ਜਾਂਦੇ ਹਾਂ ਅਤੇ ਕੱਲ੍ਹ ਨੂੰ ਬੱਚਿਆਂ ਦੇ ਸਾਡੇ ਸਵਾਲ ਆਉਣਗੇ ਵੀ ਸਾਡੇ ਮਿੱਟੀ ਪਾਣੀ ਕਿੱਧਰ ਭੇਜਤੀ ਭਾਈ ਹਵਾ ਕਿੱਧਰ ਭੇਜਤੀ ਅਤੇ ਸਾਨੂੰ ਜਵਾਬ ਕੀ ਆਊਗਾ ਉਹਦਾ ਤਾਂ ਅਸੀਂ ਉਹਦਾ ਤਾਂ ਇੰਨਾ ਪ੍ਰਬੰਧ ਘੱਟੋ ਘੱਟ ਸਾਡਾ ਕਰਨ ਦਾ ਫਰਜ਼ ਬਣਦਾ ਅਤੇ ਮੈਂ ਇੱਕ ਸਮਝ ਲਓ ਕੰਮ ਮੇਰੀ ਉਮਰ ਦੇ ਹਿਸਾਬ ਨਾਲ ਲਗਭਗ 64 ਸਾਲ ਹੈ ਇਹ ਕੰਮ ਥੋੜ੍ਹਾ ਹੈ ਇਹਦੀ ਹੱਥੀਂ ਕਰਨਾ ਕਰਕੇ ਮੁਸ਼ਕਿਲ ਆਉਂਦੀ ਹੈ ਅਤੇ ਉਹ ਇੱਕ ਮੈਂ ਕਰਦਾ ਇਸੇ ਦੱਸਣ ਵਾਸਤੇ ਜਿਵੇਂ ਮੇਰੇ ਕੋਲ ਕੋਈ ਕਿਸਾਨ ਆਉਂਦਾ ਹੈ ਵੀ ਘੱਟੋ ਘੱਟ ਆਪਣੀ ਲੋੜ ਵਾਸਤੇ ਤੁਸੀਂ ਲਾਜ਼ਮੀ ਇਹਨੂੰ ਸ਼ੁਰੂ ਕਰੋ ਜੇ ਤੁਹਾਨੂੰ ਫਿਰ ਠੀਕ ਲੱਗਦਾ ਇਹਦੀ ਮੰਗ ਵੱਧਦੀ ਹੈ ਉਹਨੂੰ ਵਧਾ ਲਓ ਪਰ ਇੱਕ ਵਾਰ ਸਾਡੇ ਕਹਿਣ 'ਤੇ ਇੰਨਾ ਹੀ ਸ਼ੁਰੂ ਕਰੋ ਇਹਦੇ ਵਿੱਚ ਕੋਈ ਐਡੀਆਂ ਮੁਸੀਬਤਾਂ ਆਉਂਦੀਆਂ ਨਹੀਂ ਹੈ ਜਿੱਦਾਂ ਕਈ ਕਹਿੰਦੇ ਕਣਕ ਨੂੰ ਤੇਲਾ ਪੈ ਗਿਆ ਕੀ ਕਰੋਗੇ ਵੀ ਉਹ ਪੈਂਦਾ ਹੀ ਨਹੀਂ ਹੈ ਅਸੀਂ ਉਹਦੇ ਵਿੱਚ ਛੇੜਕਾਨੀ ਨਹੀਂ ਕੀਤੀ ਕੋਈ ਇੱਦਾਂ ਵੀ ਜੇ ਪੈਂਦਾ ਹੈ ਤਾਂ ਬਹੁਤ ਘੱਟ ਤਾਂ ਉਹਨੂੰ ਖਾਣ ਵਾਲੇ ਸਾਡੇ ਮਿੱਤਰ ਕੀਟ ਵੀ ਆ ਜਾਂਦੇ ਆ ਅਤੇ ਉਹਦਾ ਸਾਰਾ ਪ੍ਰਬੰਧ ਆਪੇ ਹੋ ਜਾਂਦਾ ਯਾਨੀ ਘੱਟੋ ਘੱਟ ਆਪਣੇ ਬੱਚਿਆਂ ਵਾਸਤੇ ਆਪਣੇ ਵਾਸਤੇ ਸਾਡੇ ਬੱਚਿਆਂ ਦੇ ਭਵਿੱਖ ਵਾਸਤੇ ਸਾਨੂੰ ਖੇਤੀ ਮਤਲਬ ਕੁਦਰਤੀ ਖੇਤੀ ਕਰਨੀ ਚਾਹੀਦੀ ਹੈ ਇਹਦੇ ਵਿੱਚ ਪਾਣੀ ਬਚਦਾ ਹਵਾ ਅਤੇ ਮਿੱਟੀ ਪਾਣੀ ਬਚ ਸਾਰੇ ਬੱਚਤ ਹੁੰਦੀ ਹੈ ਉਹ ਬੱਚਤ ਜਿਹੜੀ ਸਾਡੇ ਬੱਚਿਆਂ ਨੂੰ ਜ਼ਰੂਰਤ ਅੱਗੇ ਲੰਮੇ ਸਮੇਂ ਦੇ ਵਿੱਚ ਤਾਂ ਅਸੀਂ ਰਸਾਇਣਿਕ ਦੇ ਵਿੱਚੋਂ ਖਾਣਾ ਖਤਮ ਕਰੀ ਜਾਂਦੇ ਹਾਂ ਅਤੇ ਕੱਲ੍ਹ ਨੂੰ ਬੱਚਿਆਂ ਦੇ ਸਾਡੇ ਸਵਾਲ ਆਉਣਗੇ ਵੀ ਸਾਡੇ ਮਿੱਟੀ ਪਾਣੀ ਕਿੱਧਰ ਭੇਜਤੀ ਭਾਈ ਹਵਾ ਕਿੱਧਰ ਭੇਜਤੀ ਅਤੇ ਸਾਨੂੰ ਜਵਾਬ ਕੀ ਆਊਗਾ ਉਹਦਾ ਤਾਂ ਅਸੀਂ ਉਹਦਾ ਤਾਂ ਇੰਨਾ ਪ੍ਰਬੰਧ ਘੱਟੋ ਘੱਟ ਸਾਡਾ ਕਰਨ ਦਾ ਫਰਜ਼ ਬਣਦਾ